ਮਕਈ ਦੀ ਰੋਟੀ ਅਤੇ ਸਾਗ ਤੋਂ ਬਾਅਦ ਹੁੱਕਾ ਵੀ ਪੀ ਲਿਆ ਅਤੇ ਹੁਣ ਗੁੜ ਖਾਣ ਲੱਗੇ ਹਾਂ। ਆਹ ਹਾ ਹਾ ਵਾਹ ਵਾਹ। جی السلام علیکم، ہم یہاں سے گزر رہے تھے، جیسے میں نے بتایا کہ ہم جا رہے ہیں چیچا وطنی، تو بڑی زبردست خوشبو آئی تو ہم نے سوچا رک کے دیکھے کہ کیا ہے، تو آگے گڑ بن رہا تھا۔ آپ نے بہت دیکھا ہوگا گڑ اسٹورس میں پڑا ہوا، شکر دیکھی ہوگی، لیکن آپ کو یہ نہیں پتا کہ وہ بنتا کیسے ہے۔ آپ کو دکھاتے ہیں کیسے بنتا۔ سب سے پہلے اس میں روج ہوتی ہے، گنے کا جو رس ہوتا ہے، اس کو جو گنے کا رس جو ہوتا ہے شوگر کین کا، اس کا جوس جو ہے یہ اس میں ڈال کے کڑھائی میں اس کو ابالا جاتا ہے، جیسے کہ آپ کے سامنے یہ ہو رہا ہے۔ اس کے بعد اس کو اس میں ڈالتے ہیں اور ٹھنڈا کرتے ہیں۔ جی ہاں جی، ٹھنڈا کری دا پھر اور ٹھنڈا، دیکھو ذرا میں پنجابی میں بتاتا ہوں، وہ زیادہ سمجھ آئے گا۔ اس بعد دیکھو ادیا شیپ بن جاتی ہے، ادیا شکل بن جاتی ہے، تو مزید وہ ڈلے بنا کے انج رکھ دیتے جاتے ہیں اور وہ جب ہارڈ ہو جاتے ہیں تو پھر وہ وک جا۔ یہ تھی ویک رہے ہو گڑ بنتے ہیں، یہ دیکھو کس طرح یہ ڈلے بنا رہے ہیں، خالص سے بالکل، اچھا کوئی ملاوٹ نہیں، کوئی شے نہیں کسی قسم کی، نہ کوئی کیمیکل ہے، نہ کھان نہ کوئی بیمار ہوتا ہے، بہترین چیز ہے۔ ਇੱਦਾਂ ਮੈਦਾ ਵੀ ਠੀਕ ਰਹਿੰਦਾ ਔਰ ਹਕੀਮ ਵੀ ਕਹਿੰਦੇ ਨੇ ਕਿ ਤੁਸੀਂ ਖਾਣਾ ਖਾਣ ਤੋਂ ਬਾਅਦ ਥੋੜ੍ਹਾ ਜਿਹਾ ਗੁੜ ਖਾ ਲਓ। ਐਸਾ ਹੀ ਹੈ ਜੀ। ਹਾਂਜੀ, ਅਤੇ ਤੁਸੀਂ ਜਿਹੜਾ ਦੱਸੋ ਇਹਦਾ ਕਿਵੇਂ ਹੁੰਦਾ ਪ੍ਰੋਸੈਸ, ਕੀ ਸਾਰਾ ਕਿਸ ਤਰ੍ਹਾਂ ਹੁੰਦਾ? ਠੀਕ ਹੈ ਜੀ, ਰੋਹ ਕੱਢੀ ਦੀ ਆ ਅਤੇ ਗੁੜ ਬਣਾਈ ਦਾ। ਠੀਕ ਹੈ। ਅੱਛਾ, ਇਹ ਸਾਰੀ ਰੋਹ ਹੈ? ਹਾਂਜੀ। ਅਤੇ ਇਹ ਕੱਢੀ ਦੀ ਕਿਵੇਂ? ਉਹ ਵੇਲਣਾ ਲੱਗਾ ਹੈ, ਬੰਦ ਦੇ ਵਿੱਚ ਬਾਲਣ ਤੇ ਹੋਰ ਇਹੋ ਜਿਹੀ ਨਿੱਕੀ ਨਿੱਕੀਆਂ ਮੋਟੀਆਂ ਚੀਜ਼ਾਂ ਇਕੱਠੀਆਂ ਕਰਨ ਵਾਸਤੇ ਇਹ ਹੈ ਵੇਲਣਾ। ਇਹਦੇ 'ਚ ਰੱਖੀ ਦਾ ਬਰਤਨ, ਇਸਮੇ ਕੋਈ ਡਰੰਮ ਜਾਂ ਐਸੀ ਚੀਜ਼ ਰੱਖ ਲੈਤੇ ਹੈ। ਇਸਕੇ ਅੰਦਰ ਦਿੱਤੇ ਹੈ ਗੰਨਾ, ਇਹ ਉੱਧਰ ਮੋਟਰ ਸੇ ਕੋਈ ਪਟਾ ਚੜਾ ਹੋਇਆ, ਇਹ ਮੋਟਰ ਸੇ ਚਲਤਾ ਹੈ, ਉਹ ਪੀਟਰ ਇੰਜਨ ਹੈ ਮੇਰਾ ਖਿਆਲ ਹੈ। ਉਸਕੇ ਬਾਅਦ ਇਸਮੇ ਗੰਨੇ ਦੇ ਕੇ ਉਸਕਾ ਰਸ ਨਿਕਾਲਦੇ ਹੈ, ਉਹ ਰਸ ਜੋ ਹੈ ਵੋ ਯਹਾਂ ਸੇ ਬਹਿਤਾ ਹੁਆ ਉਸ ਬਰਤਨ ਮੇਂ ਆਤਾ ਹੈ, ਉਸ ਬਰਤਨ ਸੇ ਉਠਾ ਕੇ ਵੋ ਕੜਾਹੀ ਮੇਂ ਜਾਤਾ ਹੈ। ਤੋ ਯੇ ਹੈ ਪੂਰਾ ਪ੍ਰੋਸੈਸ। ਆਇਆ ਮਜ਼ਾ? ਬਾਜਰੇ ਕੀ ਰੋਟੀ? ਮੱਕੀ ਦੀ ਰੋਟੀ। ਮਕਈ ਦੀ ਰੋਟੀ, ਮਕਈ ਦੀ ਖਾਲਸ ਸਾਨੂੰ ਸਭ ਸ਼ਹਿਰ ਲੱਭਦੀ ਨਹੀਂ, ਮਕਈ ਦੀ ਰੋਟੀ ਦਾ ਸਾਗ ਚੈੱਕ ਕਰੋ ਜ਼ਰਾ, ਮਕਈ ਦੀ ਰੋਟੀ ਸਾਗ। ਲਓ ਜੀ ਕੁਛ, ਮੈਂ ਤਾਂ ਕਹਿੰਦਾ ਗਾਓ ਮੇਂ ਸ਼ਿਫਟ ਹੋ ਜਾਂਦੇ ਹਾਂ, ਰੋਟੀ ਪਾਣੀ ਤਾਂ ਸਹੀ ਲੱਗੇਗੀ ਨਾ। ਲਾਣਾ ਜੀ ਕੈਮੀਕਲ ਵਾਲਾ ਗੁੜ, ਕੋਈ ਸ਼ੈ ਖਾ ਲਓ ਤੁਸੀਂ ਸ਼ਹਿਰ 'ਚ, ਕਿੱਧਰ ਜਾਈਏ? ਸ਼ਾਮ ਨੂੰ ਆਓ ਘਰ, ਤੁਹਾਨੂੰ ਰੋਟੀ ਖਵਾਈਏ ਜਵਾਬ ਦੀ ਸਾਗ ਦੇ ਨਾਲ। ਅਰੇ ਕਿਆ ਬਾਤ।